ਭਜਨ ਜ਼ਿਲ੍ਹਾ ਪ੍ਰਧਾਨ ਬਜਰੰਗ ਦਲ ਤੋਂ ਅੱਜ ਸੁਲਤਾਨਵਿੰਡ ਤਰਨਤਾਰਨ ਰੋਡ ਤੇ ਆਏ ਆ। ਇੱਥੇ ਅੱਜ ਆਮ ਆਦਮੀ ਪਾਰਟੀ ਦੇ ਮੋਹਦਵਾਰਾਂ ਵੱਲੋਂ ਭਗਵਾਨ ਰਾਮ ਦਾ ਜਿੱਥੇ ਬੈਨਰ ਲੱਗਾ ਸੀਗਾ, ਸੋਟੀਆਂ ਮਾਰ ਕੇ ਬੈਨਰ ਪਾਲਿਆ ਗਿਆ। ਸਾਡੇ ਧਰਮ ਦੀ ਪੋਸਟਰ ਦੀ, ਬੈਨਰ ਦੀ, ਭਗਵਾਨ ਰਾਮ ਦੀ ਬੇਅਦਬੀ ਕੀਤੀ ਗਈ ਹੈ। ਇਸ ਦੇ ਉੱਪਰ ਹਿੰਦੂ ਸਮਾਜ ਅੱਜ ਚੁੱਪ ਬੈਠਣ ਵਾਲਾ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਇਹ ਜਿਹੜੀ ਕਰੰਟ ਸਰਕਾਰ ਇਸ ਟਾਈਮ ਪੰਜਾਬ ਦੇ ਵਿੱਚ ਹੈ, ਇਹ ਹਿੰਦੂਆਂ ਦੇ ਵਿਰੋਧੀ ਸਰਕਾਰ ਹੈ। ਸਾਰੇ ਸਟੇਟਾਂ ਦੇ ਵਿੱਚ 22 ਜਨਵਰੀ ਨੂੰ ਛੁੱਟੀ ਹੋਈ ਹੈ। ਇਹ ਸਰਕਾਰ ਇੰਨੀ ਸੁੱਤੀ ਪਈ ਹੈ ਕਿ ਇਹਨਾਂ ਨੇ ਅੱਧੀ ਤੋਂ ਵੱਧ ਜਿੱਥੇ ਵੋਟ ਬੈਂਕ ਹਿੰਦੂਆਂ ਦਾ, ਇਹਨਾਂ ਨੇ ਇੱਕ ਛੁੱਟੀ ਕਰਨਾ ਮੁਨਾਸਬ ਨਹੀਂ ਸਮਝਿਆ। ਐਡਾ ਵੱਡਾ ਦਿਨ, ਰਾਮ ਮੰਦਿਰ ਦੀ, ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ, ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ। ਉਹਦੇ ਉੱਪਰ ਇੱਕ ਤਾਂ ਸੋਸ਼ਲ ਬਾਇਕਾਟ ਇਹਨਾਂ ਦਾ ਚੱਲਣ ਦਿਆ, ਉਸ ਤੋਂ ਬਾਅਦ ਇਹਨਾਂ ਦੇ ਲੀਡਰਾਂ ਵੱਲੋਂ ਜੋ ਹੈ ਹਰਕਤ ਕੀਤੀ ਗਈ ਹੈ, ਇਸ ਖਿਲਾਫ਼ ਅੱਜ ਇਹ ਹਿੰਦੂ ਸਮਾਜ ਸਾਡਾ ਚੁੱਪ ਨਹੀਂ ਬੈਠੇਗਾ। ਆਪਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ, ਪੁਲਿਸ ਦੇ ਅੱਗੇ ਬੇਨਤੀ ਕਰਦੇ ਹਾਂ, ਜਿਹੜੇ ਬੰਦੇ ਨੇ ਇਹ ਮਾੜਾ ਕੰਮ ਕੀਤਾ ਉਹਦੇ ਉੱਪਰ ਠੋਕ ਕੇ ਪਰਚਾ ਦਿੱਤਾ ਜਾਵੇ, 295 ਏ ਦੀ ਧਾਰਾ ਲਾਈ ਜਾਵੇ, ਔਰ ਉੱਥੇ ਹੁਣੇ ਹੀ ਪਰਚਾ ਦਿੱਤਾ ਜਾਵੇ। ਜਿੰਨੀ ਦੇਰ ਤੱਕ ਪਰਚਾ ਉਹਦੇ ਉੱਪਰ ਦਰਜ ਨਹੀਂ ਹੁੰਦਾ, ਆਪਾਂ ਲੋਕ ਇੱਥੋਂ ਨਹੀਂ ਹਟਾਂਗੇ। ਜੈ ਸ਼੍ਰੀ ਰਾਮ। ਹਾਂਜੀ, ਆਪਣਾ ਨਾਮ ਦਾਦਾ? ਮੇਰਾ ਨਾਮ ਨੀਲ ਚੋਪੜਾ ਜੀ। ਹਾਂਜੀ, ਕੀ ਮਸਲਾ ਹੈ ਜਿਹੜਾ ਇੱਥੇ ਰੋਜ਼ ਪ੍ਰਦਰਸ਼ਨ ਕੀਤਾ? ਮਸਲਾ ਹੈ ਜੀ, ਸਾਡੇ ਸ਼੍ਰੀ ਰਾਮ ਚੰਦਰ ਜੀ ਦਾ ਪੋਸਟਰ ਪਾੜਿਆ ਗਿਆ। ਉਹਨਾਂ ਨੇ ਕੀਤਾ ਕੀ ਹੈ ਕਿ ਪੋਸਟਰ ਫਾੜ ਕੇ ਜ਼ਮੀਨ 'ਤੇ ਸੁੱਟ ਕੇ ਅਤੇ ਆਪਣਾ ਪੋਸਟਰ ਲਗਾ ਦਿੱਤਾ। ਇਹ ਦੀਪਕ ਸਿੰਘ ਜਿਹੜਾ ਰਾਜੂ ਹੈ, ਆਮ ਆਦਮੀ ਪਾਰਟੀ ਦਾ ਬੰਦਾ, ਇਹਦੇ ਕੋਲ ਬਰਦਾਸ਼ਤ ਨਹੀਂ ਹੋਇਆ ਕਿ ਸ਼੍ਰੀ ਰਾਮ ਚੰਦਰ ਜੀ ਦੇ ਇੰਨਾ ਪ੍ਰਚਾਰ ਹੋ ਰਿਹਾ, ਇੰਨਾ ਕੁਛ ਹੋ ਰਿਹਾ, ਇੰਨੀ ਦੁਨੀਆ ਉਹਨਾਂ ਦੇ ਮਗਰ ਜਾ ਰਹੀ ਹੈ। ਤੁਸੀਂ ਦੇਖਿਆ ਹੀ ਹੈ ਕਿ ਅਯੋਧਿਆ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਸਥਾਪਨਾ ਹੋਈ। 500 ਸਾਲ ਬਾਅਦ ਕਿਤੇ ਜਾ ਕੇ ਸਾਨੂੰ ਸ਼੍ਰੀ ਰਾਮ ਚੰਦਰ ਜੀ ਦੀ ਜਗ੍ਹਾ ਮਿਲੀ ਹੈ, ਪਰ ਇਹ ਲੋਕ ਜਿਹੜੇ ਹੈ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦਾ ਬੇੜਾ ਗਰਕ ਹੋ ਜਾਏ, ਜਿਨ੍ਹਾਂ ਨੇ ਸਾਡੇ ਸ਼੍ਰੀ ਰਾਮ ਚੰਦਰ ਜੀ ਦਾ ਪੋਸਟਰ ਲਾ ਕੇ ਫਾੜ ਕੇ ਅਤੇ ਸੁੱਟਿਆ, ਇੰਨੀ ਬੇਅਦਬੀ ਸਾਡੇ ਕੋਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਸੀਂ ਚਾਹੁੰਦੇ ਹਾਂ ਕਿ ਦੀਪਕ ਸਿੰਘ ਰਾਜੂ, ਜਿਹਨੇ ਸਾਡੀ ਸ਼੍ਰੀ ਰਾਮ ਚੰਦਰ ਜੀ ਦੀ ਬੇਅਦਬੀ ਕੀਤੀ ਹੈ, ਉਹਦੇ ਉੱਤੇ ਪਰਚਾ ਕੀਤਾ ਜਾਵੇ ਅਤੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ। ਮੈਂ ਦੱਸਣਾ ਚਾਹੂੰਗੀ ਕਿ ਮੈਂ ਏਸੀਪੀ ਸਾਊਥ ਕੁਸ਼ਮੀਰ ਤੋਂ। ਅੱਜ 5:30 ਵਜੇ ਪੌਣੇ 6 ਵਜੇ ਮੈਨੂੰ ਇੱਕ ਇਨਫੋਰਮੇਸ਼ਨ ਆਉਂਦੀ ਹੈ ਕਿ ਸ਼ਰਮਾ ਕਲੋਨੀ ਦੇ ਸਾਹਮਣੇ ਇੱਕ ਜਿਹੜੇ ਰਾਜਕੁਮਾਰ ਜੀ ਵੱਲੋਂ ਪੋਸਟਰ ਲੱਗੇ ਹੋਏ ਸੀਗੇ ਅਤੇ ਉਹ ਪੋਸਟਰ ਜਿਹੜਾ ਵਾ ਫਾੜ ਦਿੱਤਾ ਗਿਆ ਵਾ, ਅਤੇ ਉਹਨਾਂ ਦੀ ਬਕਾਇਦਾ ਇਹਨਾਂ ਦੀ ਵੀਡੀਓ ਇਹਨਾਂ ਨੇ ਮੇਰੇ ਗਾੜੀ ਪੇਸ਼ ਕੀਤੀ ਹੈ, ਅਤੇ ਅਸੀਂ ਇਹਨਾਂ ਦਾ ਜਿਹੜੀ ਵੀ ਐਪਲੀਕੇਸ਼ਨ ਉਹ ਲਈ ਹੈਗੀ ਹੈ, ਅਤੇ ਐਜ਼ ਪਰ ਲਾਅ ਜਿਹੜੀ ਬਣਦੀ ਕਾਰਵਾਈ ਕਰਾਂਗੇ। ਇੱਕ ਵੀਡੀਓ ਵੀ ਜਿਹੜੀ ਵਾਇਰਲ ਹੁੰਦੀ ਦਿਖਾਈ ਦਿੰਦੀ ਜਿਹਦੇ ਵਿੱਚ ਪੋਸਟਰ ਪਾੜਿਆ ਜਾ ਰਿਹਾ, ਉਹ ਵੀ ਇਹਨਾਂ ਵੱਲੋਂ ਵਾਇਰਲ ਕੀਤੀ ਗਈ ਹੈ, ਸਾਹਮਣੇ ਆਈ ਹੈ, ਉਹਦੇ 'ਤੇ ਕੀ ਕਾਰਵਾਈ ਕੀਤੀ? ਦੇਖੋ ਜੀ, ਇਹਨਾਂ ਕੋਲ ਵੀਡੀਓ ਅਸੀਂ, ਮੈਂ ਹੁਣੇ ਦੇਖੀ ਆ, ਹੁਣੇ 6:45 ਦਾ ਹੀ ਵਾਕਿਆ ਇਹ ਹੈਗਾ ਹੈ, ਅਤੇ ਅਸੀਂ ਵੀਡੀਓ ਨੂੰ ਜਾਂਚ ਕਰ ਰਹੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਪਰ ਲਾਅ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ। ਮੁੱਢਲੀ ਜਾਂਚ 'ਚ ਕੋਈ ਗੱਲ ਸਾਹਮਣੇ ਆਈ ਹੈ ਵੀ ਕਿਸ ਪਾਰਟੀ ਨਾਲ ਬਿਲੋਂਗ ਕਰਦਾ ਸੀ ਬੰਦਾ ਜਿਹਨੇ ਪੁੱਛਿਆ? ਨਹੀਂ ਜੀ, ਫਿਰ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਤਾਂ ਇਹ ਅਲੱਗ ਅਲੱਗ ਪਾਰਟੀ ਵਾਈਜ਼ ਬਾਜ਼ੀ ਹੈ, ਬਟ ਐਜ਼ ਏ ਪੁਲਿਸ ਆਫਿਸਰ ਮੈਂ ਕਹਿਣਾ ਚਾਹੂੰਗੀ ਮੈਂ ਪ੍ਰੋਪਰ ਇਨਵੈਸਟੀਗੇਟ ਕਰੂੰਗੀ, ਅਤੇ ਜਿਸ ਵੀ ਆਦਮੀ ਨੇ ਇਹ ਜਿਹੜਾ ਓਫੈਂਸ ਕੀਤਾ ਹੋਇਆ ਉਹ 'ਤੇ ਡੈਫੀਨੇਟਲੀ ਚਾਰਜ ਲਾ ਕੇ ਜਿਹੜਾ ਐਜ਼ ਪਰ ਲਾਅ ਪਰਚਾ ਦਰਜ ਕੀਤਾ ਜਾਏਗਾ। ਬਿਲਕੁਲ ਜੀ, ਬਿਲਕੁਲ, ਮੈਂ ਸਵੇਰੇ ਆਪਣਾ 10:30 ਵਜੇ ਦਾ ਟਾਈਮ ਦਿੱਤਾ ਹੈ ਆਫਿਸ ਦੇ ਵਿੱਚ, ਅਤੇ ਮੋਸਟ ਵੈਲਕਮ ਆਪਣੀ ਐਪਲੀਕੇਸ਼ਨ ਵੀ ਦੇਣ ਅਤੇ ਆਪਣੀ ਜਿਹੜੀ ਵੀਡੀਓ ਬਣਾਈ ਹੋਈ ਇਹਨਾਂ ਦੇ ਕਿਸੇ ਵਿਅਕਤੀ ਵੱਲੋਂ ਅਤੇ ਉਹ ਮੇਰੇ ਗਾੜੀ ਪ੍ਰਜੈਂਟ ਕਰ ਦੇਣ, ਅਤੇ ਇੱਕ ਵਾਰੀ ਪ੍ਰੋਪਰ ਤਰੀਕੇ ਦੀ ਕਾਰਵਾਈ ਕੀਤੀ ਜਾ ਸਕੇ।